ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਵਿੱਚ 2014 ਦੀਆਂ ਪਾਰਲੀਮੈਂਟ ਚੋਣਾਂ ਦਾ ਪੰਜਵਾਂ ਪੜਾਅ ਖਤਮ ਹੋ ਚੁੱਕਿਆ ਹੈ ਤੇ ਛੇਵਾਂ ਪੜਾਅ ਕੱਲ ਸ਼ੁਰੂ ਹੋਣ ਜਾ ਰਿਹਾ ਹੈ। ਪਿਛਲੇ ਦਿਨੀ 12 ਸਟੇਟਾਂ ਦੇ 121 ਪਾਰਲੀਮੈਂਟ ਹਲਕਿਆਂ ਵਿੱਚ ਵੋਟਾਂ ਪਈਆਂ। ਮੀਡੀਆ ਰਿਪੋਰਟਸ ਅਨੁਸਾਰ ਲਗਭਗ 79% ਲੋਕਾਂ ਨੇ ਆਪਣੇ ਵੋਟਾਂ ਦੇ ਹੱਕ ਦਾ ਇਸਤੇਮਾਲ ਕੀਤਾ। ਪੰਜਾਬ ਵਿੱਚ ਵੋਟਾਂ ਦੇ ਅਖੀਰਲੇ ਪੜਾਅ ਵਿੱਚ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਪੰਜਾਬ ਵਿੱਚ ਚੋਣ ਸਥਿਤੀ ਬੜੀ ਦਿਲਚਸਪ ਬਣ ਰਹੀ ਹੈ। ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਦੇ 3 ਦਿਨ ਦੇ ਪੰਜਾਬ ਦੌਰੇ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਖੇਮੇ ਵਿੱਚ ਘਬਰਾਹਟ ਦੇਖੀ ਜਾ ਸਕਦੀ ਹੈ। ਅਕਾਲੀ ਦਲ ਅੰਮ੍ਰਿਤਸਰ ਵੀ ਚੋਣ ਮੈਦਾਨ ਵਿੱਚ ਹਨ। ਦੂਸਰੀਆਂ ਦੋ ਪੰਥਕ ਧਿਰਾਂ ਜਿਵੇਂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਚੋਣ ਅਮਲ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਇਸ ਸੰਬੰਧੀ ਅਲੱਗ ਅਲੱਗ ਬਿਆਨ ਵੀ ਜਾਰੀ ਕੀਤੇ ਹਨ। ਅਕਾਲੀ ਦਲ ਪੰਚ ਪ੍ਰਧਾਨੀ ਦੇ ਬਿਹਾਫ ਤੇ ਪੰਚ ਪ੍ਰਧਾਨੀ ਦੇ ਪ੍ਰੈਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਹਿੰਦੁਸਤਾਨ ਦਾ ਚੋਣ ਅਮਲ ਭਾਰਤੀ ਉਪ ਮਹਾਂਦੀਪ ਵਿੱਚ ਵਸਦੀਆਂ ਕੌਮਾਂ ਦੀ ਆਜ਼ਾਦੀ ਦਾ ਬਦਲ ਨਹੀਂ ਹੈ। ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਪੰਥਕ ਵਿਸ਼ੇ ਸੰਬੰਧੀ ਦੋ ਅੱਡ ਅੱਡ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਐਕਟਿੰਗ ਪ੍ਰੈਜ਼ੀਡੈਂਟ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਚੋਣਾਂ ਦੇ ਬਾਈਕਾਟ ਸੰਬੰਧੀ ਜਿਹੜੀ ਸਟੇਟਮੈਂਟ ਸਾਹਮਣੇ ਆਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਤੁਸੀਂ ਗੱਲ ਕਹੀ ਹੈ ਕਿ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਹੈ, ਅਸੀਂ ਇਹ ਗੱਲ ਸਮਝ ਚੁੱਕੇ ਹਾਂ ਕਿ ਸਿੱਖਾਂ ਦੀ ਇੱਕੋ ਇੱਕ ਰਾਹ ਆ ਸਿੱਖਾਂ ਦੇ ਲਈ, ਸਿੱਖਾਂ ਨੂੰ ਇਨਸਾਫ ਲੈਣ ਲਈ, ਸਿੱਖਾਂ ਦੇ ਨੂੰ ਆਪਣੇ ਜੀਵਨ ਜਾਂਚ ਨੂੰ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਆ ਉਸ ਹਿਸਾਬ ਦੇ ਨਾਲ ਪੂਰੀ ਕਰਨ ਦੇ ਲਈ ਕਿ ਸਿੱਖਾਂ ਨੂੰ ਆਪਣਾ ਇੱਕ ਖਿੱਤਾ ਚਾਹੀਦਾ ਉੱਤਰੀ ਭਾਰਤ ਵਿੱਚ ਜਿੱਥੇ ਸਿੱਖ ਰਹਿੰਦੇ ਨੇ। ਹਾਂਜੀ, ਇਹ ਜਿਹੜੀ ਸਾਡੀ ਆਜ਼ਾਦੀ ਦਾ ਰਸਤਾ ਆ, ਇਹ ਅਸੀਂ ਇਹ ਸਮਝ ਚੁੱਕੇ ਹਾਂ ਕਿ ਇਹ ਸਾਨੂੰ ਚੋਣ ਅਮਲ ਚੋਂ, ਵੋਟ ਪੋਲਿਟਿਕਸ ਚੋਂ, ਜਿਹੜੀ ਹਿੰਦੁਸਤਾਨ ਚ ਬਾਰ ਬਾਰ ਹੋ ਰਹੀ ਆ, ਉਹਦੇ ਵਿੱਚੋਂ ਸਾਨੂੰ ਇਹ ਨਹੀਂ ਮਿਲ ਸਕਦਾ। ਜੀ, ਇਸ ਆਪਣੇ ਅਸੀਂ ਨਿਸ਼ਾਨੇ ਦੇ ਉੱਤੇ ਜੋ ਸਿੱਖਾਂ ਨੇ 1984 ਤੋਂ ਬਾਅਦ ਲਿਖਿਆ ਆ ਆਜ਼ਾਦੀ ਦਾ, ਜਿਹਨੂੰ ਆਪਾਂ ਖਾਲਿਸਤਾਨ ਕਹਿ ਸਕਦੇ ਹਾਂ, ਜਿਹੜਾ ਨਾਮ ਦਿੱਤਾ, ਉਹ ਸਾਨੂੰ ਇਸ ਚੋਣ ਅਮਲ ਵੋਟ ਪਰਚੀ ਚੋਂ ਨਹੀਂ ਮਿਲ ਸਕਦਾ। ਔਰ ਇਹਦਾ ਹੀ ਮੇਨ ਕਾਰਨ ਹੈ ਕੋਈ ਕਿ ਅਸੀਂ ਜਿੰਨੇ ਵੀ ਸਿੱਖ ਪੰਜਾਬ ਦੇ ਵਿੱਚ ਵੱਸਦੇ ਨੇ, ਉਹਨਾਂ ਨੂੰ ਅਸੀਂ ਇਹ ਗੱਲ ਇਹ ਸੁਨੇਹਾ ਪਹੁੰਚਾਇਆ ਹਾਂਜੀ ਕਿ ਇਸ ਚੋਣ ਅਮਲ ਨੂੰ, ਇਸ ਵੋਟ ਜਿਹੜੀ ਪਰਚੀ ਅਸੀਂ 30 ਤਰੀਕ ਨੂੰ ਪਾਉਣ ਜਾ ਰਹੇ ਹਾਂ, ਹਾਂਜੀ, ਇਹਦੇ ਵਿੱਚੋਂ ਸਾਨੂੰ ਇਨਸਾਫ਼ ਨਹੀਂ ਮਿਲ ਸਕਦਾ ਜੀ। ਔਰ ਇਹਨੂੰ ਇੰਨਾ ਸੀਰੀਅਸ ਤੌਰ ਤੇ ਵੀ ਆਪਾਂ ਨੂੰ ਲੈਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਇੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ, ਉਹ ਆਰਥਿਕ ਏਜੰਡੇ ਨੂੰ ਮਤਲਬ ਮੁੱਖ ਰੱਖ ਕੇ ਵੋਟਾਂ ਦੀ ਮੰਗ ਕਰ ਰਹੀਆਂ ਨੇ, ਹਾਂਜੀ, ਉਹ ਉਸ ਚੋਂ ਜਿਹੜੀ ਸਾਡੀ ਮੇਨ ਮਤਲਬ ਸਾਡਾ ਨਿਸ਼ਾਨਾ ਆ ਉਹ ਨਹੀਂ ਹਾਸਲ ਹੋ ਸਕਦਾ। ਅਸੀਂ ਕੋਈ ਅੰਸ਼ਕ ਕੋਈ ਰਾਹਤ ਦੇ ਤੌਰ ਤੇ ਕੋਈ ਛੋਟੇ ਮੋਟੇ ਨਿਸ਼ਾਨੇ ਤਾਂ ਅਸੀਂ ਕਿਸੇ ਪਾਰਟੀਆਂ ਦੇ ਨਾਲ ਲੱਗ ਕੇ ਹਾਸਲ ਕਰ ਸਕਦੇ ਹਾਂ, ਪਰ ਮੇਨ ਨਿਸ਼ਾਨਾ ਨਹੀਂ ਅਸੀਂ ਹਾਸਲ ਕਰ ਸਕਦੇ। ਸੋ ਅਸੀਂ ਇਹਨਾਂ ਨੂੰ ਇਹ ਸੁਨੇਹਾ ਦਿੱਤਾ ਕਿ ਸਾਨੂੰ ਇਸ ਦਾ ਹਿੱਸਾ ਨਹੀਂ ਬਣਨਾ ਚਾਹੀਦਾ, ਇਸ ਕਵੈਦ ਦਾ ਇੱਥੇ ਦੂਰ ਰਹਿਣਾ ਚਾਹੀਦਾ। ਅਗਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਜਿਹੜਾ, ਜਿਹਦੇ ਉੱਤੇ ਇਸ ਗੱਲ ਦੀ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਡਿਬੇਟ ਕਰ ਰਹੇ ਨੇ ਆਪਣੀ ਆਪਣੀ ਪਾਰਟੀ ਦੇ ਚੋਣ ਏਜੰਡੇ ਲੈ ਕੇ, ਤਾਂ ਤੁਸੀਂ ਪਿਛਲੇ ਕੋਈ 15-20 ਦਿਨਾਂ ਦਾ ਕ੍ਰਮ ਦੇਖੋ ਕਿ ਉਹਦੇ ਤੇ ਕਿਸੇ ਵੀ ਕਿਸੇ ਰੇਡੀਓ ਸਟੇਸ਼ਨ ਤੇ, ਕਿਸੇ ਮੀਡੀਆ ਤੇ, ਇਲੈਕਟ੍ਰੋਨਿਕ ਮੀਡੀਆ ਤੇ ਸਿੱਖਾਂ ਦੇ ਬਾਰੇ ਕਦੀ ਕੋਈ ਟੌਪਿਕ ਡਿਸਕਸ ਨਹੀਂ ਹੋਇਆ ਜੀ, ਬਿਲਕੁਲ। ਔਰ ਨਾ ਹੀ ਉਹਨਾਂ ਨੇ ਸਿੱਖਾਂ ਦੇ ਕਿਸੇ ਲੀਡਰ ਤੋਂ ਲੈ ਕੇ ਗੱਲ ਕੀਤੀ ਹੈ ਕਿ ਤੁਹਾਡੀਆਂ ਮੰਗਾਂ ਕੀ ਨੇ, ਹਾਂਜੀ, ਤੁਸੀਂ ਭਾਰਤ ਦੇ ਵਿੱਚ ਚਾਹੁੰਦੇ ਹੋ, ਹਾਲਾਂਕਿ ਜਿਹੜੀ ਸਭ ਤੋਂ ਵੱਧ ਘੱਟ ਗਿਣਤੀ ਦੇ ਤੌਰ ਤੇ ਕੌਮ ਜਾਣੀ ਜਾਂਦੀ ਆ, ਮੁਸਲਮਾਨਾਂ ਦੇ ਹੱਕਾਂ ਦੇ ਲਈ ਬਹੁਤ ਗੱਲ ਚੱਲ ਰਹੀ ਆ ਜੀ, ਔਰ ਉਹਨਾਂ ਤੇ ਡਿਬੇਟ ਵੀ ਹੋ ਰਹੀ ਆ ਕਿ ਆਪਣੇ ਹੱਕ ਕਿਵੇਂ ਲੈਣ, ਉਹ ਉਹਨਾਂ ਨੂੰ ਕਿਉਂ
ਇਸ ਮੇਨ ਸਟ੍ਰੀਮ ਪੋਲਿਟਿਕਸ ਤੋਂ ਦੂਰ ਕੀਤਾ ਜਾ ਰਿਹਾ ਉਹ ਕਿਉਂ ਮਹਿਸੂਸ ਕਰਦੇ ਆ ਕਿ ਅਸੀਂ ਇੱਥੇ ਹਿੰਦੁਸਤਾਨ ਚ ਦੋ ਨੰਬਰ ਦੇ ਸ਼ਹਿਰੀ ਆ ਪਰ ਸਿੱਖਾਂ ਦੇ ਜ਼ਖਮਾਂ ਨੂੰ ਦੀ ਗੱਲ ਤਾਂ ਕਰਦੇ ਨੇ ਸਾਰੀਆਂ ਪਾਰਟੀਆਂ ਸਿਰਫ ਸਿੱਖਾਂ ਦੀ ਸਪੋਰਟ ਲੈਣ ਲਈ ਉਹਨਾਂ ਦੀ ਵੋਟ ਨੂੰ ਯੂਜ਼ ਕਰਨ ਲਈ ਪਰ ਉਹਨਾਂ ਦਾ ਜਿਹੜਾ ਹੱਲ ਕੀ ਆ ਇਹ ਕਿਸੇ ਪਾਰਟੀ ਨੇ ਕਦੇ ਡਿਸਕਸ ਨਹੀਂ ਕੀਤਾ ਔਰ ਅਫਸੋਸ ਹੈ ਇਸ ਗੱਲ ਦਾ ਕਿ ਸਿੱਖਾਂ ਦੀ ਜਿਹੜੀ ਅੱਜ ਅਖੌਤੀ ਲੀਡਰਸ਼ਿਪ ਹੈ ਜਿਹੜੀ ਆਪਣੇ ਆਪ ਨੂੰ ਕਲੇਮ ਕਰਦੀ ਹੈ ਕਿ ਅਸੀਂ ਸਿੱਖਾਂ ਦੀ ਜਿਹੜੀ ਵੋਟ ਹੈ ਉਹਦੇ ਚ ਸਭ ਤੋਂ ਵੱਡਾ ਹਿੱਸਾ ਸਾਡੇ ਨਾਲ ਹੈ ਉਹਨਾਂ ਨੇ ਅੱਜ ਉਹਨਾਂ ਦੀ ਲੀਡਰਸ਼ਿਪ ਨੇ ਕਦੇ ਅੱਜ ਤੱਕ ਵੀ ਜਾ ਕੇ ਕਿਸੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਆਪਣੀਆਂ ਮੰਗਾਂ ਬਾਰੇ ਕਦੇ ਜ਼ਿਕਰ ਨਹੀਂ ਕੀਤਾ ਔਰ ਉਸ ਪਾਰਟੀ ਦੇ ਨਾਲ ਉਹਨਾਂ ਨੇ ਗੱਠਜੋੜ ਕੀਤਾ ਜਿਹੜਾ ਕਿ ਘੱਟ ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ ਜੀ ਜੀ ਤੇ ਵੀਰ ਜੀ ਤੁਸੀਂ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਅਮਰੀਕਾ ਦੀ ਧਾਰਮਿਕ ਅਧਿਕਾਰਾਂ ਨੂੰ ਦੇ ਸੰਬੰਧ ਵਿੱਚ ਆਪਣੀ ਰਿਪੋਰਟ ਪੇਸ਼ ਕਰਦੀ ਹੈ ਜੀ ਉਹਨਾਂ ਨੇ ਵੀ ਇਹ ਰਿਪੋਰਟ ਦਿੱਤੀ ਹੈ ਕਿ ਇਸ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਜਿਹੜਾ ਮੋਦੀ ਹੈ ਜਿਹੜੀ ਬੀਜੇਪੀ ਹੈ ਅਗਰ ਉਹ ਹਿੰਦੁਸਤਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਉੱਤੇ ਕਾਬਜ਼ ਹੁੰਦੀ ਹੈ ਔਰ ਇਹ ਘੱਟ ਗਿਣਤੀਆਂ ਦੇ ਲਈ ਸਭ ਤੋਂ ਵੱਡਾ ਖਤਰਾ ਹੋਏਗੀ ਬਿਲਕੁਲ ਜੀ ਬਿਲਕੁਲ ਸੋ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਉਸ ਨਾਲ ਜੁੜੀ ਹੋਈ ਹੈ ਜਿਹੜੀ ਅੱਜ ਪੰਜਾਬ ਦੇ ਵਿੱਚ ਗੌਰਮੈਂਟ ਦੇ ਕਾਬਜ਼ ਹੈ ਜਿਹਦੇ ਬਾਰੇ ਇਹ ਗੱਲ ਕਿਹਾ ਜਾਂਦਾ ਹੈ ਔਰ ਉਹ ਇਸ ਗੱਲ ਲਈ ਲਲਕਾਰੇ ਮਾਰ ਰਹੇ ਆ ਕਿ ਅਸੀਂ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰਵਾਦ ਬਣਾਵਾਂਗੇ ਹਾਂਜੀ ਹਾਂਜੀ ਸੋ ਅਸੀਂ ਇਸ ਕਰ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਅਸੀਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਦਲ ਖਾਲਸਾ ਨੇ ਇਹਨਾਂ ਸਾਰਿਆਂ ਨੇ ਫੈਸਲਾ ਕੀਤਾ ਇਸ ਗੱਲ ਦਾ ਕਿ ਅਸੀਂ ਇਸ ਚੋਣ ਅਮਲ ਦਾ ਹਿੱਸਾ ਨਹੀਂ ਬਣਨਾ ਔਰ ਇਹਦੇ ਚ ਸਾਨੂੰ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ ਐਜ਼ ਏ ਸਮੂਕ ਐਜ਼ ਏ ਸਿੱਖ ਖਾਲਿਸਤਾਨ ਦੇ ਮੁੱਦੇ ਦੇ ਉੱਪਰ ਗੱਲਬਾਤ ਕਰ ਸਕਦੇ ਸੀ ਆਪਾਂ ਹੋਰ ਸਿੱਖਾਂ ਨੂੰ ਜਾਗਰੂਕ ਕਰ ਸਕਦੇ ਸੀ ਰੈਦਰ ਦੈਨ ਪਿੱਛੇ ਹੋਣ ਦੀ ਬਜਾਏ ਡੋਂਟ ਯੂ ਥਿੰਕ ਸੋ ਨਹੀਂ ਇਹ ਗੱਲ ਕਰ ਰਹੇ ਹਾਂ ਅਸੀਂ ਆਪਣੇ ਤੌਰ ਤੇ ਜਿੱਥੇ ਵੀ ਸਾਨੂੰ ਮੀਡੀਆ ਦੇ ਵਿੱਚ ਜਾਂ ਸਿੱਖਾਂ ਦੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਖੜੇ ਹੋ ਕੇ ਕਦੇ ਵੀ ਗੱਲ ਕਰਨ ਦਾ ਮੌਕਾ ਮਿਲਦਾ ਔਰ ਇਸ ਇਹਨੂੰ ਕਲੈਰੀਫਾਈ ਕਰਨ ਦਾ ਮੌਕਾ ਮਿਲਦਾ ਤੇ ਅਸੀਂ ਇਹ ਗੱਲ ਕਰਦੇ ਹਾਂ ਅਸੀਂ ਸਮਝਦੇ ਹਾਂ ਔਰ ਅਸੀਂ ਆਲਰੇਡੀ ਹੀ ਇੱਕ ਦੂਜੇ ਦੇ ਨਾਲ ਇਸ ਗੱਲ ਦੇ ਵਿੱਚ ਅਲਾਈ ਹਾਂ ਔਰ ਅਸੀਂ ਚੱਲ ਰਹੇ ਹਾਂ ਅੱਜ ਹਾਂਜੀ ਜੀ ਤੇ ਵੀ ਜਿਸ ਤਰ੍ਹਾਂ ਦੀ ਪੰਜ ਪ੍ਰਧਾਨੀ ਜਿਹੜੀ ਸਟੇਟਮੈਂਟ ਸਾਹਮਣੇ ਆਈ ਹੈ ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਪੈਸਾ ਸ਼ਰਾਬ ਅਤੇ ਹੋਰ ਨਸ਼ੇ ਵੀ ਵੰਡੇ ਜਾਂਦੇ ਨੇ ਸੋ ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਤੌਰ ਤੇ ਕਿਸ ਧਿਰ ਦਾ ਚੋਣਾਂ ਵਿੱਚ ਜ਼ਿਆਦਾ ਪ੍ਰਭਾਵ ਨਜ਼ਰ ਆ ਰਿਹਾ ਹੈ ਤੁਹਾਡੇ ਖਿਆਲ ਨਾਲ ਇਸ ਬਾਰੇ ਵੀ ਜਾਣਕਾਰੀ ਦਿਓ ਨਹੀਂ ਇਹ ਤੇ ਮਤਲਬ ਇਹ ਤੇ ਇੱਕ ਹਿੰਦੁਸਤਾਨ ਦੀ ਜਿਹੜੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਹਿੰਦੁਸਤਾਨ ਦੀ ਕਮਾਂਡ ਸੰਭਾਲਣ ਦੇ ਲਈ ਤੱਤਪਰ ਨੇ ਉਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਇੱਕ ਰੁਝਾਨ ਰਿਹਾ ਕਿ ਜਿਹੜੀ ਇੱਥੋਂ ਦੀ ਗਰੀਬੀ ਨੂੰ ਦੇਖ ਕੇ ਜਿਹੜੀ ਇੱਥੋਂ ਦੇ ਲੋਕਾਂ ਦੀ ਇਕਨੋਮਿਕ ਹਾਲਤ ਹੈ ਉਹਨੂੰ ਦੇਖ ਕੇ ਹਮੇਸ਼ਾ ਹੀ ਵੋਟਾਂ ਖਰੀਦੀਆਂ ਜਾਂਦੀਆਂ ਨੇ ਨਸ਼ਿਆਂ ਦੀ ਬਹੁਤਾਤ ਪੰਜਾਬ ਦੇ ਵਿੱਚ ਐਸਾ ਵੀ ਜੇ ਤੁਸੀਂ ਵਰਲਡ ਹੈਲਥ ਦੀਆਂ ਰਿਪੋਰਟਾਂ ਪੜ੍ਹੋ ਉਹ ਸਭ ਤੋਂ ਜ਼ਿਆਦਾ ਜੇ ਨਸ਼ਿਆਂ ਦੀ ਨਸ਼ੇ ਆ ਜਿਹੜੇ ਉਹ ਪੰਜਾਬ ਦੇ ਵਿੱਚ ਵਿਕ ਰਹੇ ਨੇ ਰਾਤ ਕੱਲ ਵੀ ਇਹਨਾਂ ਨੇ ਸ਼ਸ਼ੀਕਾਂਤ ਹੋਣੀ ਜਿਹੜੇ ਫਾਰਮਰ ਡੀਜੀਪੀ ਲੱਗੇ ਰਹੇ ਨੇ ਉਹਨਾਂ ਨੇ ਵੀ ਕੁਝ ਲੀਡਰਾਂ ਦੇ ਨਾਂ ਆ ਜਿਹੜੇ ਉਹ ਜਾਰੀ ਕੀਤੇ ਆ ਕਿ ਜਿਹੜੇ ਪਿਛਲੇ ਸਮੇਂ ਚ ਜਦੋਂ ਉਹ ਇੰਟੈਲੀਜੈਂਸ ਦੇ ਏਡੀਜੀਪੀ ਸੀਗੇ ਉਹਨਾਂ ਨੇ ਉਹਨਾਂ ਦੀ ਜਿਹੜੀ ਰਿਪੋਰਟ ਸੀਗੀ ਉਹ ਉਸ ਸਮੇਂ ਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸੀ ਵੀ ਆਹ ਬੰਦੇ ਆ ਜਿਹੜੇ ਨਸ਼ਿਆਂ ਦੇ ਸੌਦਾਗਰ ਨੇ ਔਰ ਨਸ਼ਿਆਂ ਦੇ ਪਿੱਛੇ ਉਹਨਾਂ ਦੇ ਵਪਾਰ ਦੇ ਪਿੱਛੇ ਇਹ ਕੰਮ ਕਰ ਰਹੇ ਆ ਹਾਂਜੀ ਜੀ ਜੀ ਤੇ ਵੀਰ ਜੀ ਐਟ ਦੀ ਐਂਡ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿਵੇਂ ਤੁਸੀਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਕੁਲਬੀਰ ਸਿੰਘ ਬਰਾ ਪਿੰਡ ਦੇ ਕੇਸ ਦੀ ਵੀ ਪੈਰਵਾਈ ਕਰ ਰਹੇ ਹੋ ਇਸ ਕੇਸ ਦੀ ਹੁਣ ਕੀ ਅਪਡੇਟ ਹੈ ਉਹਨਾਂ ਦਾ ਕੱਲ ਕੇਸ ਲੱਗਿਆ ਸੀਗਾ ਕੱਲ ਜਲੰਧਰ ਦੇ ਵਿੱਚ ਉਹਨਾਂ ਦੀ ਪੁਲੀਸ ਸੀਗੀ ਜੀ ਇੱਕ ਇਹਨਾਂ ਨੇ ਜਿੰਨੀਆਂ ਵੀ ਉਹਨਾਂ ਨੇ ਦਵਾਈਆਂ ਹੋਈਆਂ ਨੇ ਐਵੀਡੈਂਸ ਹੋਏ ਨੇ ਉਹਨਾਂ ਦੇ ਕੇਸ ਦੇ ਵਿੱਚ
ਪ੍ਰੋਸੀਕਿਊਸ਼ਨ ਨੇ ਕੋਈ 2 ਵੀਕਾਂ ਮਤਲਬ ਮਹੀਨਾ ਪਹਿਲਾਂ ਇੱਕ ਐਵੀਡੈਂਸ ਇੱਕ ਐਪਲੀਕੇਸ਼ਨ ਦਿੱਤੀ ਸੀ ਕੋਰਟ ਦੇ ਵਿੱਚ ਕਿ ਚਾਰਜਸ ਆ ਜਿਹੜੇ ਅਮੈਂਡ ਕੀਤੇ ਜਾਣ, ਜਿਹੜਾ ਐਕਸਪੋਜ਼ਰ ਐਕਟ ਹੈ ਉਹਨੂੰ ਐਕਸਪੋਜ਼ਰ ਸਬਸਟਾਂਸ ਐਕਟ ਬਣਾਇਆ ਜਾਵੇ, ਜਿਹਦੇ ਵਿੱਚ ਕੀ ਸਜ਼ਾ ਹੈ ਜਿਹੜੀ ਉਮਰ ਕੈਦ ਹੈ ਉਹ ਹੈਗੀ ਹੈ, ਉਸ ਦੇ ਉੱਤੇ 2 ਵਾਰੀ ਬਹਿਸ ਹੋ ਚੁੱਕੀ ਹੈ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਉਹਦੇ ਤੇ ਕੋਈ ਫੈਸਲਾ ਨਹੀਂ ਕੀਤਾ ਕਿਉਂਕਿ ਇੱਥੇ ਇਗਜ਼ਾਮ ਚੱਲਣ ਕਰਕੇ ਜਿਹੜੇ ਉਹਨਾਂ ਦੇ 2 ਅਕਿਊਜ਼ ਨੇ 2 ਵਾਰ ਕੇਸ ਦੇ ਵਿੱਚ ਪੇਸ਼ ਨਹੀਂ ਹੋ ਸਕੇ, ਪਿਛਲੀ ਵਾਰ ਵੀ ਪੇਸ਼ ਹੋਇਆ, ਇੱਕ ਨੂੰ ਐਸੀ ਵੀ ਲੱਗਿਆ ਸੀ ਉਹ ਛੁੱਟੀ ਦੇ ਆਉਣ ਕਰਕੇ ਜਿਹੜਾ ਕੋਰਟ ਹੈ ਉਹ ਉਸ ਐਪਲੀਕੇਸ਼ਨ ਦੇ ਉੱਤੇ ਡਿਸਾਈਡ ਨਹੀਂ ਕਰ ਰਹੀ ਕਿ ਉਹ ਅਮੈਂਡ ਚਾਰਜਸ ਕਰਨੇ ਆ ਕਿ ਨਹੀਂ ਕਰਨੇ, ਔਰ ਜਿਹੜੀ ਹਾਈ ਕੋਰਟ ਆ ਉਹਨਾਂ ਨੇ ਪੈਂਡਿੰਗ ਰੱਖੀ ਹੋਈ ਆ, ਉਹ ਇਹ ਦੇਖ ਰਹੇ ਆ ਕਿ ਜਿਹੜੀ ਲੋਅਰ ਕੋਰਟ ਆ ਟ੍ਰਾਇਲ ਕੋਰਟ ਆ ਉਹ ਕੀ ਫੈਸਲਾ ਕਰਦੀ ਹੈ, ਜੇ ਤੇ ਉਹ ਚਾਰਜਸ ਅਮੈਂਡ ਕਰਦੇ ਆ ਤੇ ਉਹਦਾ ਦੁਬਾਰਾ ਪ੍ਰੋਸੀਜਰ ਐਵੀਡੈਂਸ ਦਾ ਸ਼ੁਰੂ ਹੋਊਗਾ, ਫਿਰ ਤੇ ਉਹ ਚਾਂਸਿਸ ਦੇਖਦੇ ਆ ਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਅਸੀਂ ਕੰਸਿਡਰ ਕਰ ਸਕਦੇ ਹਾਂ ਫੋਰ ਬੇਲ, ਅਗਰ ਜੇ ਲੋਅਰ ਕੋਰਟ ਚਾਰਜਸ ਅਮੈਂਡ ਨਹੀਂ ਕਰਦੀ ਹੈ ਤੇ ਫਿਰ ਉਹ ਜਿਹੜੀ ਡਿਸਮਿਸ ਵੀ ਹੋ ਸਕਦੀ ਹੈ ਬੇਲ ਐਪਲੀਕੇਸ਼ਨ, ਸੋ ਉਹਨਾਂ ਦੀ ਹਾਈ ਕੋਰਟ ਦੇ ਵਿੱਚ ਡੇਟ ਹੈ, ਸੋ ਅੱਜ ਦੀ ਜਿਹੜੀ ਕੱਲ ਕਾਰਵਾਈ ਹੋਈ ਆ ਉਹਦੇ ਤੇ ਕੱਲ ਹਾਈ ਕੋਰਟ ਆ ਜਿਹੜੀ ਆਪਣਾ ਡਿਸੀਜਨ ਦੇਵੇਗੀ। ਜੀ ਬਿਲਕੁਲ, ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ, ਇਸੇ ਤਰ੍ਹਾਂ ਇਸ ਕੇਸ ਦੀ ਤਾਂ ਹੋਰ ਕੇਸਿਸ ਦੀ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਕੀਪ ਵਾਚਿੰਗ ਨਿਊਜ਼ TV 84 ਦੇ ਨਾਲ, ਵੀ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।